ਉਸਦਾ ਹੀ ਉਹਨੂੰ ਅਸੀਂ ਤਾਂ ਦਿਲਾਸਾ ਦਿੰਦੇ ਹਾਂ ਕਿ ਪੁੱਤ ਕੋਈ ਗੱਲ ਨਹੀਂ, ਅਕੇਲੀ ਨਾ ਕੱਢ ਟਾਈਮ ਤੈਨੂੰ ਇਡਲੀ ਗਾੜੀ ਕੱਢ ਦਾਂਗੇ, ਤੂੰ ਚੰਨ ਲੈ ਤੂੰ ਕੋਈ ਗੱਲ ਨਹੀਂ। ਇਹਨਾਂ ਨੇ ਪਤਾ ਪਤਾ ਪੁੱਤ ਨੇ ਡੱਬੇ ਚ ਪੈਕ ਹੋ ਕੇ ਆਇਆ, ਇਹਨਾਂ ਦਾ ਸੁਣਦੇ ਨਹੀਂ ਹੈਗਾ ਬਾਬਾ। ਸ਼ਸ਼ਨ ਕਰੀ ਉਹ ਹੀ ਹੈ ਵੀ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ, ਬੱਚੇ ਕਿਉਂ ਧੱਕੇ ਖਾਣ। ਗਿਆ ਸੀ ਤੋਂ ਅਰਮੀਨੀਆ, ਅਰਮੀਨੀਆ ਦੇ ਵਿੱਚ ਗਏ ਨੂੰ ਹੋ ਗਏ ਸੀ, 6-7 ਮਹੀਨੇ ਹੋ ਗਏ ਸੀ ਗਏ ਨੂੰ, 7 ਮਹੀਨਾ ਜਾਣ ਡਿਆ ਸੀ ਗਏ ਨੂੰ। ਅਤੇ ਆਪਣੇ ਵੱਲੋਂ ਤਾਂ ਅਸੀਂ ਕਮਾਈ ਕਰਕੇ ਘੱਲਿਆ ਸੀ, ਚੁੱਕ ਚੁਕਾ ਕੇ ਲਾ ਕੇ 5-1 ਲੱਖ ਰੁਪਈਆ ਲਾਇਆ ਸੀ ਚੁੱਕ ਚੁਕਾ ਕੇ, ਅਤੇ ਕਮਾਉਣ ਵਾਸਤੇ ਘੱਲਿਆ ਸੀ ਵੀ ਚਲੋ ਘਰ ਦੇ ਹਾਲਤ ਜਿਹੜੇ ਆ ਕੁਛ ਬਦਲ ਜਾਣਗੇ ਹਾਲਾਤ। ਇੰਨਾ ਨਹੀਂ ਸੀ ਪਤਾ ਸਾਡੇ ਪੁੱਤ ਨੇ ਇਹ ਕੁਛ ਹੋਣਾ। ਜਿੱਦਣ ਇੱਦਾਂ ਹੋਈ ਆ ਗੱਲ ਵੀ ਉਹਦੇ ਨਾਲ, ਅਤੇ ਰਾਤ ਨੂੰ ਗੱਲ ਕੀਤੀ, ਕਹਿੰਦਾ ਮਾਂ ਮੈਨੂੰ ਬੁਖਾਰ ਚੜਿਆ ਆ ਤੇ ਮੈਨੂੰ ਕਾਹਲੀ ਪੈਣੀ, ਨਾਲੇ ਘਬਰਾਹਟ ਹੋਣ ਡਈ ਆ। ਮਾਂ ਨੂੰ ਇੱਕ ਦਿਨ ਪਹਿਲਾਂ ਕਹਿੰਦਾ, ਉਸ ਦਿਨ ਮਾਂ ਨੇ ਪੈਸੇ ਪਾ ਤੇ ਨੇ, 2200 ਰੁਪਈਆ ਵੀ ਪਾਇਆ ਉਹਨੂੰ ਕੌਂਡੋ ਦੇ ਵਿੱਚ ਵੀ ਆਹ ਦਵਾਈ ਲੈ। ਤੇ ਫਿਰ ਥੋੜੇ ਦਿਨ ਬਾਅਦ ਫਿਰ ਆਂਦਾ, ਮੈਨੂੰ ਅੱਜ ਜ਼ਿਆਦਾ ਘਬਰਾਹਟ ਹੋਣ ਡਈ ਆ ਤੇ ਕਾਹਲੀ ਪੈਣ ਡਈ ਆ ਤੇ ਪਤਾ ਨੀ ਮੈਨੂੰ ਮਾਂ ਕੀ ਹੋਣ ਡਿਆ। ਆਂਦੀ ਪੁੱਤ ਤੂੰ ਇੱਦਾਂ ਕਰ, ਨਹਾ ਧੋ ਕੇ ਤੇ ਲੰਮੇ ਪੈ ਤੇ ਰੈਸਟ ਕਰ, ਖਰੇ ਤੂੰ ਠੀਕ ਹੋ ਜਾਏਗਾ, ਘਬਰਾਹਟ ਪੈਣੀ। ਆਂਦਾ ਇੱਥੇ ਨਾ ਆਕਸੀਜਨ ਦੀ ਵੀ ਥੋੜੀ ਜਿਹੀ ਕਮੀ ਆ, ਇੰਨਾ ਪਤਾ ਹੀ ਨਹੀਂ ਹੈਗਾ ਵੀ ਇਹ ਕੰਮ ਹੋ ਜਾਣਾ, ਇਹਨਾਂ ਤਾਂ ਸੋਚਿਆ ਹੀ ਨਹੀਂ ਮਨ ਦੇ ਵਿੱਚ। ਆਪਣੇ ਉਹਨਾਂ ਤੋਂ ਚੰਗੇ ਕੰਮਾਂ ਵਾਸਤੇ ਭੇਜੀ ਦਾ, ਕਮਾਈ ਵਾਸਤੇ ਭੇਜੀ ਦਾ, ਤੇ ਹਾਲਤ ਹੀ ਮਨ ਸਭ ਚੁੱਕ ਚੁਕਾ ਕੇ ਮਾਂ ਚਰੀ ਦਾ ਕੀ ਰਹਿ ਗਿਆ, ਕੁਛ ਨਹੀਂ, ਲੱਕ ਹੀ ਟੁੱਟ ਗਿਆ ਸਾਰਾ ਚੁੱਕ ਚੁਕਾ ਕੇ। ਬੜੇ ਔਖੇ ਪੁੱਤ ਪਾਲਿਆ, ਇਹ 2 ਭਰਾ ਸੀ, ਦੂਜਾ 12 ਸਾਲ ਦਾ ਹੈ ਛੋਟਾ, ਇਹੋ ਵੱਡਾ ਸੀ, ਇਹਦੇ ਤੇ ਆਸਾਂ ਸੀ, ਇਹਨੇ ਕਮਾਉਣਾ, ਇਹ ਹੀ ਚੁੱਕ ਗਿਆ ਚੁੱਕ ਚੁਕਾ। ਹੁਣ ਤਾਂ ਅਸੀਂ ਇਹਨੂੰ ਅਸੀਂ ਤਾਂ ਦਿਲਾਸਾ ਦਿੰਦੇ ਹਾਂ, ਪੁੱਤ ਕੋਈ ਗੱਲ ਨਹੀਂ 1 ਮਹੀਨਾ ਕੱਢ ਟਾਈਮ, ਤੈਨੂੰ ਇਡਲੀ ਗਾੜੀ ਕੱਢ ਦਾਂਗੇ, ਟੈਨਸ਼ਨ ਲੈ ਤੂੰ ਕੋਈ ਗੱਲ ਨਹੀਂ। ਇਹਨਾਂ ਨੇ ਪਤਾ ਵੀ ਪੁੱਤ ਨੇ ਡੱਬੇ ਚ ਪੈਕ ਹੋ ਕੇ ਆ ਜਾਣਾ, ਇਹਨਾਂ ਤਾਂ ਸੋਚਿਆ ਹੀ ਨਹੀਂ ਹੈਗਾ। ਆਪਾਂ ਸ਼ਾਸ਼ਨ ਤੁਹਾਡੇ ਕੀ ਮੰਗਿਆ ਵੇਖੋ, ਸਾਨੂੰ ਤੇ ਇੰਨੀ ਬੜੀ ਖੁਸ਼ੀ ਸਾਡੀ ਲਾਸ਼ ਮਿਲ ਗਈ, ਸਾਨੂੰ ਤੇ ਵੀ ਨਹੀਂ ਆਸ ਹੈਗੀ। ਸ਼ਾਸ਼ਨ ਕਰੀ ਉਹ ਹੀ ਹੈ ਵੀ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ, ਤੇ ਬੱਚੇ ਕਿਉਂ ਧੱਕੇ ਖਾਣ, ਕਿਉਂ ਧੱਕੇ ਇੱਕ ਢਿੱਡ ਪਤਲੀ ਬਾਹਰ ਬੱਚੇ ਭੇਜੀ ਤੇ, ਨਹੀਂ ਤੇ ਕੀ ਲੋੜ ਹੈ ਭੇਜਣ ਦੀ, ਅਸੀਂ ਤੇ ਭੁੱਖਾਂ ਘੱਟ ਘੱਟ ਕੇ ਪਾਲੇ ਬੱਚੇ। ਵੇਖੋ ਜੀ, ਮਾਤਾ ਪਿਤਾ ਨੇ ਆਰਥਿਕ ਤੰਗੀ ਕਰਕੇ ਇਸ ਬੱਚੇ ਨੂੰ ਰਮਾਨੀਆ ਭੇਜਿਆ ਸੀ, ਉੱਥੇ 9 ਮਹੀਨੇ ਹੋਏ ਨੇ ਗਏ, 9 ਮਹੀਨਿਆਂ ਬਾਅਦ ਉਹਨਾਂ ਦੀ ਜਿਹੜੀ ਆ ਡੈਡ ਬੋਡੀ ਅੱਜ ਪਿੰਡ ਪਹੁੰਚ ਰਹੀ ਆ। ਉਹ ਬੱਚਾ ਕਮਾਈ ਕਰਨ ਵਾਸਤੇ ਗਿਆ ਸੀ, ਕਿਉਂਕਿ ਆਰਥਿਕ ਤੰਗੀ ਕਰਕੇ ਉਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ, ਤੇ ਜੇ ਇੱਥੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਤੇ ਮਾਤਾ ਪਿਤਾ ਦਾ ਕਿਹੜਾ ਦਿਲ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਵਿਛੋੜਾਂ। ਪਰ ਇਹ ਜਿਹੜੀ ਘਟਨਾ ਵਾਪਰੀ ਆ, ਇਹ ਸਾਰੇ ਨਗਰ ਵਾਸਤੇ ਰਿਸ਼ਤੇਦਾਰਾਂ ਵਾਸਤੇ ਵੀ ਬਹੁਤ ਦੁਖਦਾਈ ਆ, ਕਿਉਂਕਿ ਜਵਾਨ ਪੁੱਤ ਕਿਸੇ ਦਾ ਤੁਰ ਜਾਵੇ ਇਸ ਦੁਨੀਆ ਤੋਂ ਕਮਾਈ ਕਰਨ ਵਾਸਤੇ ਗਿਆ ਹੋਵੇ ਤੇ ਉਹ ਇਸਦਾ ਡੱਬੇ ਵਿੱਚ ਪੈ ਕੇ ਡੈਡ ਬੋਡੀ ਆਵੇ, ਤੇ ਉਸ ਮਾਤਾ ਪਿਤਾ ਦਾ ਕੀ ਹਾਲ ਹੈ। ਤੁਸੀਂ ਦੇਖ ਹੀ ਰਹੇ ਹੋ ਇਸ ਘਰ ਦੇ ਹਾਲਾਤ, ਅਸੀਂ ਤੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਹਾਂ ਕਿ ਇਹਨਾਂ ਦੀ ਜੇ ਕੋਈ ਆਰਥਿਕ ਪੱਖੋਂ ਇਹਨਾਂ ਦੀ ਜਿਹੜੀ ਮਦਦ ਹੋ ਸਕੇ ਤੇ ਜ਼ਰੂਰ ਕਰਨ। ਪਿਤਾ ਜੀ ਪਹਿਲਾਂ ਗਏ ਸੀ ਬਾਹਰ, ਤੇ ਉਹ ਜਿਹੜੀ ਕੰਟਰੀ ਸੀ ਨੋਰਮਲ ਸੀਗੀ, ਤੇ ਉੱਥੇ ਵੀ ਕਮਾਈ ਇੰਨੀ ਨਹੀਂ ਕਰ ਸਕਿਆ। 9 ਸਾਲਾਂ ਬਾਅਦ ਇਹਦਾ ਪਿਤਾ ਵੀ ਆਇਆ, ਤੇ ਨਾ ਪਿਤਾ ਨੇ ਵੇਖਿਆ ਪੁੱਤਰ ਆਪਣੇ ਨੂੰ 9 ਸਾਲ ਦੇ ਵਿੱਚ, ਤੇ ਨਾ ਪੁੱਤ ਨੇ ਵੇਖਿਆ ਪਿਤਾ ਆਪਣੇ ਨੂੰ। ਉਹ ਬਾਅਦ ਚ ਆਏ ਨੇ, ਉਹ ਫਿਰ ਚਲੇ ਗਏ, ਤੇ
ਹੁਣ ਇਹਨੂੰ ਭੇਜਿਆ ਸੀ ਇਹਨਾਂ ਨੇ ਮਗਰੋਂ ਵੀ ਇੱਦਾਂ ਚੁੱਕ ਚੁਕਾ ਕੇ ਪੈਸੇ ਕਰਕੇ ਤੇ ਵੀ ਸਾਡਾ ਬੱਚਾ ਕਿਸੇ ਚੰਗੇ ਦੇਸ਼ 'ਚ ਚੱਲ ਜਾਏਗਾ ਤੇ ਸਾਡੀ ਜਿਹੜੀ ਆਰਥਿਕ ਤੰਗੀ ਆ ਉਹ ਕੱਟੀ ਜਾਏ। ਅਸੀਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਆਰਥਿਕ ਪੱਖੋਂ ਮਦਦ ਕੀਤੀ ਜਾਵੇ।